ਦਿੱਲੀ ਵਾਲੇ ਤਾਂ ਬਹੁਤ ਕਾਲੇ ਨੇ ਸੁਲਾ ਨੂੰ ਕਿ ਸ਼ਾਇਦ ਪੰਜਾਬ ਦੇ ਇਹ 8 MLA ਅੜਦੇ ਨੇ, ਜਿੱਦ ਕਰਦੇ ਨੇ, ਤਿਆਰ ਬੈਠੇ ਆ ਜਦੋਂ ਸਾਨੂੰ ਕਹਿਣਗੇ ਜਿੱਥੇ ਕਹਿਣਗੇ। ਆਪ ਪਾਰਟੀ ਦੇ ਸੀਨੀਅਰ ਲੀਡਰ ਤੇ ਵਿਧਾਇਕ ਸੁਖਪਾਲ ਖਹਿਰਾ ਲਗਾਤਾਰ ਆਪ ਪਾਰਟੀ ਦੀ ਦਿੱਲੀ ਹਾਈ ਕਮਾਨ ਤੋਂ ਬਾਗੀ ਚੱਲ ਰਹੇ ਨੇ ਤੇ ਉਹਨਾਂ ਦੇ ਨਾਲ ਕਈ ਵਿਧਾਇਕ ਖਹਿਰਾ ਨਾਲ ਡਟੇ ਹੋਏ ਨੇ। ਖਹਿਰਾ ਧੜੇ ਦੇ ਬਾਗੀ ਸੁਰਾਂ ਤੋਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਬੇਵੱਸ ਦਿਖਾਈ ਦੇ ਰਹੇ ਸੀ, ਪਰ ਹੁਣ ਖਹਿਰਾ ਧੜੇ ਨੇ ਕੇਜਰੀਵਾਲ ਨਾਲ ਚੱਲ ਰਹੀ ਲੜਾਈ ਸੁਲਝਾਉਣ ਦੇ ਲਈ ਵੱਡਾ ਫੈਸਲਾ ਲਿਆ। ਖਹਿਰਾ ਨੇ ਦਿੱਲੀ ਹਾਈ ਕਮਾਨ ਨਾਲ ਗੱਲ ਕਰਨ ਲਈ 5 ਮੈਂਬਰੀ ਟੀਮ ਦਾ ਗਠਨ ਕੀਤਾ, ਜਿਸ ਦੇ ਵਿੱਚ ਕੰਵਰ ਸੰਧੂ, ਨਾਜਰ ਸਿੰਘ ਮਾਨਸਾਈਆ, ਮਾਸਟਰ ਬਲਦੇਵ ਸਿੰਘ ਤੇ ਜਗਦੇਵ ਸਿੰਘ ਕਮਾਲੂ ਤੇ ਖਹਿਰਾ ਗਰੁੱਪ ਦੇ ਸਿਆਸੀ ਮਾਮਲੇ ਦੇ ਇੰਚਾਰਜ ਸੁਰੇਸ਼ ਕੁਮਾਰ ਵੀ ਸ਼ਾਮਲ ਨੇ। ਇਹ ਐਲਾਨ ਖਹਿਰਾ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਕੁਛ ਸਮੇਂ ਤੋਂ ਇੱਕ ਇਸ ਤਰ੍ਹਾਂ ਦੀ ਤਸਵੀਰ ਪੇਸ਼ ਕੀਤੀ ਜਾ ਰਹੀ ਆ, ਆਮ ਆਦਮੀ ਪਾਰਟੀ ਦੇ ਜਿਹੜਾ ਦਿੱਲੀ ਦੀ ਲੀਡਰਸ਼ਿਪ ਹੈ ਜਾਂ ਜਿਹੜੇ ਉਹਨਾਂ ਦੇ ਇੱਥੇ ਆਗੂ ਨੇ ਪੰਜਾਬ ਦੇ ਵਿੱਚ, ਕਿ ਅਸੀਂ ਤਾਂ ਫਲਾਂ ਕਮੇਟੀ ਬਣਾਤੀ, ਸਾਡੇ ਦਰਵਾਜ਼ੇ ਸੁਲਾ ਦੇ ਵਾਸਤੇ ਖੁੱਲ੍ਹੇ ਨੇ, ਅਸੀਂ ਛੇਤੀ ਹੀ ਆਪਣੇ ਭਰਾਵਾਂ ਆਮ ਆਦਮੀ ਪਾਰਟੀ ਦੇ ਜਿਹੜੇ 8 MLA ਉਹਨਾਂ ਤੱਕ ਪਹੁੰਚ ਕਰ ਰਹੇ ਹਾਂ ਇੱਕ ਪਬਲਿਕ ਡਾਈਜੈਸ਼ਨ ਵਾਸਤੇ। ਸਿਰਫ ਮੀਡੀਆ ਦੇ ਜ਼ਰੀਏ ਰਿਪੀਟਡਲੀ ਇਸ ਤਰ੍ਹਾਂ ਦੇ ਬਿਆਨ ਆਏ ਜਿਹੜੇ ਕਿ ਲੋਕਾਂ ਦੇ ਮਨਾਂ ਵਿੱਚ ਇੱਕ ਖਦਸ਼ਾ ਪੈਦਾ ਕਰ ਰਹੇ ਕਿ ਸ਼ਾਇਦ ਦਿੱਲੀ ਵਾਲੇ ਤਾਂ ਬਹੁਤ ਕਾਲੇ ਨੇ ਸੁਲਾ ਨੂੰ, ਪਰੰਤੂ ਜਿਹੜੇ ਪੰਜਾਬ ਦੇ ਲੋਕ, ਪੰਜਾਬ ਦੇ ਹਿਤੈਸ਼ੀ ਲੜਾਈ ਲੜ ਰਹੇ, ਸ਼ਾਇਦ ਇਹ ਸੁਲਾ ਵਾਸਤੇ ਤਿਆਰ ਨਹੀਂ। ਹਾਲਾਂਕਿ ਅਸੀਂ ਇੱਕ ਵਾਰ ਨਹੀਂ, ਅਨੇਕਾਂ ਵਾਰ ਕਿਹਾ ਕਿ ਅਸੀਂ ਸਾਰੇ ਜਮਹੂਰੀ ਕਦਰਾਂ ਕੀਮਤਾਂ ਵਿੱਚ ਵਿਸ਼ਵਾਸ ਰੱਖਦੇ ਹਾਂ, ਅਸੀਂ ਗੱਲਬਾਤ ਤੋਂ ਕਦੀ ਵੀ ਨਹੀਂ ਭੱਜਦੇ, ਪਰੰਤੂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਸਾਰਾ ਜਿਹੜਾ ਕੀਤਾ ਜਾ ਰਿਹਾ ਪ੍ਰੋਪੇਗੈਂਡਾ, ਇਹ ਟੈਲੀਵਿਜ਼ਨ ਕੈਮਰਿਆਂ ਰਾਹੀਂ ਅਖਬਾਰਾਂ ਤੱਕ ਮਹਦੂਦ ਆ, ਕਿਉਂਕਿ ਸਾਡੇ ਤੱਕ ਅੱਜ ਤੱਕ ਇਸ ਅੰਦਰੂਨੀ ਵਿਵਾਦ ਨੂੰ ਸੈਟਲ ਕਰਨ ਵਾਸਤੇ ਕਿਸੇ ਨੇ ਪਹੁੰਚ ਨਹੀਂ ਕੀਤੀ। ਦੁਬਾਰਾ ਕਹਿ ਰਿਹਾ, ਕਿਸੇ ਨੇ ਪਹੁੰਚ ਨਹੀਂ ਕੀਤੀ। ਔਰ ਇੱਥੇ ਗੱਲ ਇਹ ਵੀ ਵਰਣਨਯੋਗ ਆ ਕਿ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਆ, ਉਹ ਇਹਨਾਂ ਹਾਲਾਤਾਂ ਵਿੱਚ 2 ਅਗਸਤ ਦੀ ਕਨਵੈਨਸ਼ਨ ਤੋਂ ਬਾਅਦ 2 ਵਾਰ ਪੰਜਾਬ ਆਏ ਨੇ। ਇੱਕ ਵਾਰ ਸੁਨਾਮ ਮੀਟਿੰਗ ਕਰਕੇ ਗਏ ਅਮਨ ਅਰੋੜਾ ਦੇ ਘਰ ਵਿੱਚ, ਇੱਕ ਵਾਰ ਜਲੰਧਰ ਇੱਕ ਮੀਡੀਆ ਹਾਊਸ ਦੇ ਫੰਕਸ਼ਨ ਵਿੱਚ ਆਏ, ਪਰੰਤੂ ਉਹਨਾਂ ਨੇ ਸਾਨੂੰ ਨਾ ਸੁਨਾਮ ਦੀ ਮੀਟਿੰਗ ਵਿੱਚ ਸੱਦਿਆ ਅਤੇ ਨਾ ਉਹਨਾਂ ਨੇ ਜਲੰਧਰ ਵਾਲੇ ਮੀਡੀਆ ਹਾਊਸ ਦੇ ਫੰਕਸ਼ਨ ਤੋਂ ਬਾਅਦ ਸਾਨੂੰ ਕਿਸੇ ਸੱਦਾ ਪੱਤਰ ਦਿੱਤਾ। ਔਰ ਜਿਹੜੇ ਸਾਨੂੰ ਅਪਰੋਚ ਵੀ ਕੀਤਾ, ਫੁਲਕਾ ਸਾਹਿਬ ਆਏ ਸੀਗੇ ਸੈਸ਼ਨ ਦੇ ਦੌਰਾਨ, 28 ਤਰੀਕ ਨੂੰ ਬਹਿਸ ਹੋਣੀ ਸੀ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ 'ਤੇ, 27 ਤਰੀਕ ਨੂੰ 3 MLAs ਨਾਲ ਫੁਲਕਾ ਸਾਹਿਬ ਸਾਡੇ ਕੋਲ ਆਏ ਸੀ, ਉਹਨਾਂ ਦਾ ਸਵਾਗਤ ਕੀਤਾ, ਅਸੀਂ ਇਕੱਠੇ ਬੈਠ ਕੇ ਇੱਥੇ ਹੀ ਘਰੇ ਬੈਠ ਕੇ ਭੋਜਨ ਕੀਤਾ, ਲੰਚ ਕੀਤਾ। ਉਹਨਾਂ ਦਾ ਮਕਸਦ ਇਹ ਸੀਗਾ ਕਿ ਪੰਜਾਬ ਦੀ ਵਿਧਾਨ ਸਭਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਹਿਸ 'ਤੇ ਆਪਾਂ ਇੱਕਮੁੱਠ ਹੋ ਕੇ, ਤਕੜੇ ਹੋ ਕੇ ਬਹਿਸ ਕਰੀਏ। ਅਸੀਂ ਸਾਰਿਆਂ ਨੇ ਇੱਕਮੁੱਠ ਹੋ ਕੇ, ਤਕੜੇ ਹੋ ਕੇ, ਇੱਕ ਆਵਾਜ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਹਿਸ ਵਿੱਚ ਹਿੱਸਾ ਲਿਆ, ਜਿਹੜੀ ਕਿ ਸਾਰੀ ਲਾਈਵ ਟੈਲੀਕਾਸਟ ਹੋਇਆ ਦੁਨੀਆ ਵਿੱਚ 28 ਅਗਸਤ ਨੂੰ। ਔਰ ਉਸ ਤੋਂ ਪਹਿਲਾਂ ਚੰਦ ਦਿਨ ਪਹਿਲਾਂ, ਹੁਣ ਤਾਂ ਕਈ ਮਹੀਨਾ ਡੇਢ ਮਹੀਨਾ ਪਹਿਲਾਂ, ਸ਼ਾਇਦ ਅਮਨ ਅਰੋੜਾ ਸਾਡੇ ਕੋਲ ਆਏ ਸੀਗੇ, ਕੁਦਰਤੀ ਸੰਧੂ ਸਾਹਿਬ 'ਤੇ ਅਸੀਂ ਸੀਗੇ ਇਕੱਠੇ, ਅਤੇ ਅਮਨ ਅਰੋੜਾ ਸਾਡੇ ਕੋਲ ਆਏ ਔਰ ਜਦੋਂ ਬੈਠੇ ਉਹਨਾਂ ਨੇ ਕਿਹਾ ਆਪਾਂ ਗੱਲ ਕਰਨੀ ਆ, ਅਤੇ ਅਸੀਂ ਉਹਨਾਂ ਨੂੰ ਸਪੈਸੀਫਿਕਲੀ ਪੁੱਛਿਆ ਸੀਗਾ ਕਿ ਕੀ ਤੁਸੀਂ ਮੈਂਡੇਟ ਲੈ ਕੇ ਆਏ ਹੋ ਗੱਲ ਕਰਨ ਵਾਸਤੇ ਦਿੱਲੀ ਤੋਂ ਜਾਂ ਪੰਜਾਬ ਦੀ ਲੀਡਰਸ਼ਿਪ ਤੋਂ। ਉਹਨਾਂ ਨੇ ਕਿਹਾ ਬਿਲਕੁਲ ਨਹੀਂ, ਮੈਂ ਆਪਣੀ ਇੰਡੀਵਿਜੁਅਲ ਕਪੈਸਿਟੀ 'ਚ ਆਇਆ ਵਾਂ। ਉਹ ਸਾਡੇ ਨਾਲ ਬੈਠ ਕੇ 1-2 ਘੰਟੇ ਗੱਲਾਂ ਬਾਤਾਂ ਕਰਕੇ ਕੋਈ ਬਿਨਾਂ ਨਤੀਜਾ, ਅਤੇ ਉਹ ਵੀ ਇੱਥੋਂ ਚਲੇ ਗਏ। ਇਸ ਲਈ ਫਿਰ ਦੁਬਾਰਾ ਕੈਟੇਗੋਰੀਕਲੀ ਕਲੀਅਰ ਕਰਨੇ, ਕੁਛ ਨਹੀਂ, ਪਰੰਤੂ ਜਿੱਦਾਂ ਅਸੀਂ ਕਿਹਾ ਕਿ ਅਸੀਂ ਕਿਸੇ ਵੀ ਗੱਲਬਾਤ ਤੋਂ ਭੱਜਦੇ ਨਹੀਂ। ਔਰ ਜਿਹੜਾ ਇੰਪ੍ਰੈਸ਼ਨ ਕ੍ਰੀਏਟ ਕੀਤਾ ਜਾ ਰਿਹਾ ਕਿ ਸ਼ਾਇਦ ਪੰਜਾਬ ਦੇ ਇਹ 8 MLA ਅੜਦੇ ਨੇ, ਜਿੱਦ ਕਰਦੇ ਨੇ, ਉਸ ਨੂੰ ਕਲੈਰੀਫਾਈ ਕਰਨ ਵਾਸਤੇ, ਉਸ ਨੂੰ ਲੋਕਾਂ ਦੀ ਕਚਹਿਰੀ ਵਿੱਚ ਇੱਕ ਵਾਰ ਦੁਬਾਰਾ ਦੱਸਣ ਵਾਸਤੇ ਕਿ ਅਸੀਂ ਕਦੀ ਵੀ ਕਿਸੇ ਡਾਇਲੋਗ ਤੋਂ ਨਹੀਂ ਪਿੱਛੇ ਹਟਦੇ, ਹਾਲਾਂਕਿ ਸਾਡੇ ਰੈਜ਼ੋਲਿਊਸ਼ਨਸ ਅਤੇ ਸਾਡਾ ਸਟੈਂਡ ਕ੍ਰਿਸਟਲ ਕਲੀਅਰ ਆ, ਪਰ ਫਿਰ ਵੀ ਗੱਲਬਾਤ ਤੋਂ ਗੁਰੇਜ਼ ਨਾ ਕਰਕੇ ਅੱਜ ਪੋਲੀਟੀਕਲ ਅਫੇਅਰਸ ਕਮੇਟੀ ਨੇ 5 ਮੈਂਬਰਸ ਨੋਮੀਨੇਟ ਕੀਤੇ ਨੇ ਆਮ ਆਦਮੀ ਪਾਰਟੀ ਵੱਲੋਂ, ਜਿਨ੍ਹਾਂ ਦੇ ਨਾਲ ਉਹਨਾਂ ਨੂੰ ਖੁੱਲ੍ਹਾ ਸੱਦਾ ਵਾ ਕਿ ਉਹ ਜਦੋਂ ਚਾਹੁਣ 5 ਮੈਂਬਰ ਇਸ ਕਮੇਟੀ ਦੇ ਨਾਲ ਗੱਲਬਾਤ ਕਰਕੇ ਉਹ ਆਪਣਾ ਪੱਖ ਜਿਹੜਾ ਹੈ ਉਹ ਰੱਖ ਸਕਦੇ। ਵਿੱਚੋਂ ਕੁਛ ਮੈਂਬਰਸ ਦੀ ਸਲਾਹ ਇਹ ਵੀ ਸੀਗੀ ਕਿ ਇਹ ਜਿਹੜੇ 5 ਮੈਂਬਰਸ ਦੀ ਮੀਟਿੰਗ ਹੋਵੇ ਦੂਸਰੇ 5 ਮੈਂਬਰਸ ਨਾਲ ਜਾਂ ਕਿੱਦਾਂ, ਇਸ ਨੂੰ ਆਪਾਂ ਲਾਈਵ ਟੈਲੀਕਾਸਟ ਕਰ ਦਈਏ। ਉਹ ਅਗਰ ਸਾਡੇ ਮਿੱਤਰ ਜਿਹੜੇ ਨੇ, ਸਾਡੇ ਕਾਊਂਟਰ ਪਾਰਟਸ ਅਗਰ ਮੰਨ ਜਾਣਗੇ ਤਾਂ ਅਸੀਂ ਦੁਨੀਆ ਦੀ ਸਹੂਲਤ ਵਾਸਤੇ ਉਸ ਨੂੰ ਲਾਈਵ ਟੈਲੀਕਾਸਟ ਵੀ ਕਰਨ ਨੂੰ ਤਿਆਰ ਹਾਂ, ਭੱਜਦੇ ਨੇਗੇ। ਔਰ 5 ਮੈਂਬਰਸ ਦੇ ਵਿੱਚ ਸਰਦਾਰ ਕੰਵਰ ਸੰਧੂ MLA ਖਰੜ,
सरदार नाजर सिंह जी मानशाइया एम एल ए मानसा, मास्टर बलदेव सिंह जी एम एल ए जैतो, सरदार जगदेव सिंह जी एम एल ए जगदेव सिंह जी कमालू एम एल ए मौड़, और सुरेश शर्मा जी जिहड़े साडे पी ए सी दे मैंबर ने अमृतसर तो, असी पांच बंदियां नूं नॉमीनेट करता। द बॉल इज़ इन द कोर्ट ऑफ आवर फ्रेंड्स, वेन एवर दे वॉन्ट टू टॉक टू दिस कमेटी दे आर मोस्ट वेलकम, ऑल दे हैव टू डू इज़ जस्ट इनवाइट देम। इस दौरान खैरा ने कहा कि जिहड़ी दिल्ली हाईकमान नाल गलबात होवेगी वह बठिंडा कन्वेंशन दौरान पाए गए मतिया अनुसार होगी, तो असी गल करने लिए हमेशा तैयार रहांगे। जिहड़ा बठिंडे दे विच रेजोल्यूशन पास किए गए वह टॉक्स का आधार होणगे, ये जरूर असी कहण तो पिछे नहीं हट सकते। सो देयरफोर नहीं, फाइव मैंबर कमेटी है जी, देयर इज़ नो ऑल आर इक्वल कोलीग्स, देयर इज़ नो चेयरमैन, बट इट हैज़ बीन सेट अप टू एंटर इनटू एनी सॉर्ट ऑफ डायलॉग टॉक्स नैगोसीएशनस लै दे नहीं, असूल की राजनीति के उत्ते बैठ के गल करन वास्ते ये पांच मैंबर नॉमीनेट कर दिते आ। असी उन्हां नूं दस दिता कि असी तैयार बैठे हाँ, जदों सानूं कहणगे जिथे कहणगे असी गल करन वास्ते तैयार हाँ। जेकर खैरा धड़े की दिल्ली हाईकमान नाल सुलह हुंदी है तां इह देखना दिलचस्प होवेगा कि जो आपसी फुटबंदी आप पार्टी की पंजाब च चलती आ रही थी कि वह खत्म हो के आम आदमी पार्टी पहला जिनी मजबूती नाल उभर के सामने आवेगी, यह तो आने वाला समा ही दसेगा। ब्यूरो रिपोर्ट, चैनल पंजाब।